सारा ही दुध रुड़ गया मुंडे दे उते, सारे कपड़े खराब हो गए मुंडे दे। मम्मी जी आ कीता तानू दुध नहीं पिओना हुंदा, सारे मुंडे दे कपड़े खराब करते, हुण हजे मैं नवा सूट पाया सी कढ के। मैनू ते दुध पिओना हुंदा आ, तैनू नी शीशी बंद करनी आई। मैं तो घुट के ढक्कन लाया सी, तुसीं खोल के लाया होणा ना। घुट के बंद कीता हुंदा ते इदां कौन हुंदा, सारा मुंडे दी जखणा पुटती कपड़ेयां दी। फड़, मैं न्याणी आ कीता भी मैनू ढक्कन नहीं बंद करना हुंदा। पखंड अजकल तानू ज्यादे आउंदे आ, आई ते कीता चिमचा कौली लैणा ते दुध पियाल देणा न्याणे नू। आ बोतलां खरे कित्थों सिख लईआं इहनां ने हुण लाउणीआं न्याणिआं नू। न्याणी मेनू दुध नहीं पिओना आउंदा, सियाणी जंपी आ बहुती मेरे नाल। नाले ते इन्हां दे जवाक सांभो ते नाले इन्हां को मन सुनी अजकल गल्लां सुनो। जे इन्हां दा जवाक मैं नहीं चुकदी ते तां वी मेरी शामत, ते जे मैं चुकदी आं ते फिर आ कुछ ही हो वी तैनूं दुध नहीं पिआउणा आउंदा, तैनूं आ नहीं करना आउंदा। मेरे ते अपने सारे कपड़े खराब हो गए आ, हुण मैनूं लाउणे पैणे आ। किड्डी चलाक आ, है ही बड़ी चलाकू आ इह ते। चल मना उठ, सवेरे जे नहा धो के ते कपड़े पाए ही ते सारे मेरे कपड़े खराब हो गए। मुंडे दे कपड़ियां दा वेला इहनूं किड्डा दुख ही, ते मेरे कपड़ियां दा इहनूं मासा नहीं होया। दीदी बाहर क्यों हो लिया, मैनूं समझ ही नहीं लगी। हुण आ गई ही, मैं माता नूं मुंडा फड़ाया वी, दो मिंट फड़ लो। माता ने सारा दुध उत्ते डोलता, हुण नवा सूट पाया ही, सारी जखणा पुट के रखती। हा हाए, अज सूट दा नाज ही पुटिया गया सारे दा, हैना। न्याणा वी साबणा हुंदा हैगा, इसे करके ते मैं साहिब नूं फड़ाउंदी नहीं मम्मी नूं। ਵਧੀਆ ਨਹੀਂ ਫੜਾਉਂਦੀ ਤੇ ਆ ਵੇ ਕੀ ਕਰਕੇ ਰੱਖਤਾ ਵਾ। ਚਲੋ ਕੋਈ ਗੱਲ ਨਹੀਂ, ਠੰਡੇ ਰਹੋ, ਬਦਲ ਲਓ ਸੂਟ। ਹੁਣ ਬਦਲੂੰਗੀ, ਫਿਰ ਵਿਚਾਰੇ ਨੂੰ ਕੱਪੜੇ ਲਾਉਂਗੀ, ਨਿੱਘਾ ਕੀਤਾ ਸੀ। ਇਹ ਤੇ ਗੱਲ ਹੈ, ਨਿਆਣਾ ਤੇ ਠਾਰੀ ਜਾਂਦਾ ਨਾ। ਕਿੰਨਾ ਸੋਹਣਾ ਸੂਟ ਤੇਰੇ ਮਾਮਿਆਂ ਨੇ ਦਿੱਤਾ ਸੀ, ਮੰਮੀ ਨੇ ਨਾ ਸਾਰਾ ਹੀ ਖਰਾਬ ਕਰਕੇ ਰੱਖਤਾ। ਮੰਮੀ ਨੂੰ ਤਾਂ ਪਤਾ ਨਹੀਂ ਹੈਗਾ ਵੀ ਕੱਪੜਾ ਚੰਗਾ ਕਿਹੜਾ ਤੇ ਮਾੜਾ ਕਿਹੜਾ ਵਾ, ਵਿੱਚੋਂ ਦੁੱਧ ਦੀ ਵਾਸਨਾ ਵੀ ਨਹੀਂ ਜਾਣੀ ਹੈਗੀ। ਹੁਣ ਇੰਨਾ ਸੋਹਣਾ ਮੈਂ ਮੁੰਡੇ ਨੂੰ ਤਿਆਰ ਕੀਤਾ ਸੀ। ਚੱਲ ਕੋਈ ਗੱਲ ਨਹੀਂ ਪੁੱਤ, ਮੈਂ ਤੇਰੇ ਮਾਮਿਆਂ ਨੂੰ ਕਹੂੰਗੀ, ਆਪ ਹੀ ਤੈਨੂੰ ਇੱਕ ਸੂਟ ਹੋਰ ਦੇ ਦੇਣਗੇ ਇੱਦਾਂ ਦਾ ਵਧੀਆ ਜਿਹਾ। ਕਿੱਦਾਂ ਰਾਜਵਿੰਦਰ? ਵਧੀਆ ਭਾਬੀ, ਬਹਿ ਜਾਓ। ਬੈਠੀ, ਬੜਾ ਸੋਹਣਾ ਸੂਟ ਪਾਇਆ ਇਹ ਫਤਿਹ ਨੂੰ। ਸੂਟ ਕੀ ਪਾਉਣੇ ਭਾਬੀ ਜੀ, ਮੈਂ ਦਿੱਦੋ ਵੀ ਵਧੀਆ ਸੂਟ ਪਾਇਆ, ਨਜ਼ਰ ਹੀ ਲਾ ਕੇ ਰੱਖਤੀ ਮੰਮੀ ਨੇ, ਸਾਰਾ ਦੁੱਧ ਡੋਲਦਾ ਉੱਤੇ। ਅੱਛਾ ਅੱਛਾ, ਚੱਲ ਕੋਈ ਗੱਲ ਨਹੀਂ, ਧੋ ਲਿਓ, ਬਜ਼ੁਰਗ ਵਾ ਫਿਰ ਵਾਧੇ ਘਾਟੇ ਹੋ ਜਾਂਦੇ ਆ। ਹੁਣ ਭਾਵੇਂ ਸਮੈਲ ਹੀ ਨਾ ਜਾਵੇ ਵਿੱਚੋਂ ਦੁੱਧ ਦੀ। ਕੋਈ ਨਹੀਂ, ਧੋਤਿਆਂ ਨਿਕਲ ਜਾਣੀ ਆ। ਰਾਜਵਿੰਦਰ ਬੈੱਡ ਬੜੇ ਸੋਹਣੇ ਆ ਨਵੇਂ ਲਏ, ਇਹ ਫਤਿਹ ਦੇ ਮਾਮਿਆਂ ਨੇ ਲੈ ਕੇ ਦਿੱਤੇ ਸੀ ਨਾ, ਪਹਿਲਾਂ ਲੈ ਕੇ ਨਹੀਂ ਦਿੱਤਾ ਕੁਛ ਵੀ, ਹੁਣ ਜਦੋਂ ਫਤਿਹ ਹੋਇਆ ਸੀ ਉਦੋਂ ਲੈ ਕੇ ਦੇ ਕੇ ਗਏ ਸੀਗੇ। ਠੀਕ ਆ ਠੀਕ ਆ, ਉਹ ਤੇ ਬੜੀਆਂ ਹੀ ਚੀਜ਼ਾਂ ਕਰਦੇ ਆ, ਕੁਛ ਨਾ ਕੁਛ ਲੈ ਕੇ ਦਿੰਦੇ ਹੀ ਰਹਿੰਦੇ ਆ। ਨਾ ਮੁੰਡਾ ਕਿੱਡਾ ਹਾਰਾ ਹੋ ਗਿਆ, ਤੇ ਜਦੋਂ ਦਾ ਹੋਇਆ ਮਾਮੇ ਹੁਣ ਬੈੱਡ ਦੇ ਕੇ ਗਏ ਉਹ ਵੀ। ਨਹੀਂ ਨਹੀਂ, ਪਹਿਲਾਂ ਤੇ ਭਾਬੀ ਜੀ ਪਾ ਗਏ ਇਹਨੂੰ ਸੋਨੇ ਦੀ ਚੀਜ਼, ਆ ਤੇ ਹੁਣ ਲੈ ਕੇ ਦੇ ਕੇ ਗਏ ਆ, ਤੇ ਕੁਛ ਨਾ ਕੁਛ ਕਰ ਰੀਝਾਂ ਕਰਦੇ ਹੀ ਰਹਿੰਦੇ ਆ ਸਾਡੀਆਂ। ਚਲੋ ਉਹ ਤੇ ਵਧੀਆ ਗੱਲ ਆ, ਰੀਝਾਂ ਕਰਨੀਆਂ ਹੀ ਚਾਹੀਦੀਆਂ, ਧੀਆਂ ਦੀਆਂ ਹੀ ਰੀਝਾਂ ਕਰੀਦੀਆਂ ਆ। ਹਾਂਜੀ, ਕੁਛ ਹੁੰਦੇ ਹੱਸਣ ਆ ਤੁਹਾਡੇ ਨਾਲ ਗੱਲਾਂ ਕਰਨ ਦੇ। ਆਹੋ, ਮਾਮਿਆਂ ਨੇ ਫਿਰ ਬੈੱਡ ਲੈ ਕੇ ਦਿੱਤੇ ਆ ਮੈਨੇ। ਆਹੋ, ਆ ਪਛਾਣ ਕੱਢਦਾ ਸੀ ਮੇਰੀ। ਹੋਰ ਸ਼ੇਰੇ ਦਾ ਹੁੰਦਾ ਫੋਨ ਫਾਨ? ਹਾਂਜੀ ਆ ਜਾਂਦਾ ਆ ਫੋਨ ਤੇ, ਬਸ ਉਹਨਾਂ ਨੂੰ ਵੀ ਹੁਣ ਛੁੱਟੀ ਮਿਲਣੀ ਵਾਲੀ ਆ, ਇੱਕ ਦੋ ਦਿਨਾਂ ਤੱਕ ਆ ਹੀ ਜਾਣਾ। ਅੱਛਾ, ਫਿਰ ਆਉਣ ਦਿਆ ਵਾ ਉਹ ਵੀ। ਹਾਂਜੀ, ਚਲੋ ਵਧੀਆ ਗੱਲ ਆ ਫਿਰ ਤੇ, ਹੁਣ ਤੇਰੇ ਪਾਪਾ ਆਉਣਗੇ ਫਿਰ, ਫਿਰ ਉਹ ਵੀ ਕੋਈ ਚੀਜ਼ ਲਿਆ ਕੇ ਦੇਣਗੇ। ਚੱਲ ਠੀਕ ਆ, ਫਿਰ ਤੁਸੀਂ ਖੇਡੋ ਮਾਂ ਪੁੱਤ, ਮੈਂ ਵੇਖਾਂ ਸਾਹਿਬ ਨੂੰ। ਠੀਕ ਆ ਬਾਬੀ। ਫਤਿਹ, ਪੈਸੇ ਤੇਰੇ ਡੈਡੀ ਨੇ ਭੇਜੇ ਸੀਗੇ, ਕੰਟੋਰ ਮੈਂ ਤੇਰੇ ਮਾਮਿਆਂ ਦਾ ਬਣਾਤਾ ਕਿ ਉਹਨਾਂ ਨੇ ਬੈੱਡ ਲੈ ਕੇ ਦਿੱਤਾ ਆ, ਤਾਂ ਇਹਨਾਂ ਨੂੰ ਕਿਹੜਾ ਪਤਾ ਲੱਗਣ ਲੱਗਾ। ਚੜੋ ਕਦੀ ਜੀ ਕਰਨ ਡੇ, ਮੈਨੂੰ ਕਹਿੰਦੀ ਨਾ ਨਾ
ਇਹ ਤੇ ਮੇਰੇ ਭਰਾਵਾਂ ਨੇ ਦਿੱਤੇ ਆ ਸਰ ਫਤਿਹ ਦੇ ਮਾਮਿਆਂ ਨੇ ਦਿੱਤੇ ਆ ਗਿਫਟ ਕੀਤੇ ਆ ਅੱਛਾ ਆਹੋ ਇਹ ਬੜੀ ਚਲਾਕ ਜਨਾਨੀ ਆ ਇਹ ਰਲੀ ਭੁਗਤਾ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਨਕਿਆਂ ਨੇ ਬੈਡ ਦਿੱਤੇ ਆ ਨਹੀਂ ਇਹ ਸ਼ੇਰੇ ਭਾਜੀ ਨੇ ਬਾਹਰੋਂ ਪੈਸੇ ਘੱਲੇ ਹੋਣੇ ਆ ਤੇ ਬੈਡ ਉਹਨਾਂ ਪੈਸਿਆਂ ਨੇ ਲਿਆਂਦੇ ਆ ਤੇ ਨਾਂ ਲਾਤਾ ਕਿ ਫਤਿਹ ਦੇ ਨਾਨਕੇ ਦੇ ਕੇ ਗਏ ਆ ਤਾਂ ਹੀ ਮੈਨੂੰ ਸੁਣਾਈਆਂ ਜਿਹੀਆਂ ਕਰਨ ਡੇ ਸੀ ਜਿੱਦਾਂ ਅਸੀਂ ਤੈਨੂੰ ਉਹਦੇ ਤੋਂ ਘੱਟ ਦਿੰਦੇ ਆ ਤੇ ਇਹਨੂੰ ਜਿੱਦਾਂ ਵੱਧ ਦਿੰਦੇ ਇਹਦੇ ਪੇਕੇ ਮਤਲਬ ਬੜੇ ਹੋਰ ਹਿਸਾਬ ਜੇ ਨਾ ਜਿੱਦਾਂ ਬੰਦਾ ਹੰਕਾਰਿਆ ਵਾਲੇ ਗੱਲਾਂ ਨਹੀਂ ਕਰਦਾ ਉਹ ਭਾਬੀ ਜੀ ਇਹ ਬੜੀ ਤੇਜ਼ ਜਨਾਨੀ ਆ ਤੁਹਾਨੂੰ ਵੀ ਪਤਾ ਹੁਣ ਪੇਕੇ ਹਰੇਕ ਚੀਜ਼ ਤੇ ਦਿੰਦੇ ਨਹੀਂ ਹੈਗੇ ਵੀ ਚਲੋ ਦੇ ਤੇ ਕਿਤੇ ਦਿੰਦੇ ਆ ਤੇ ਇਹ ਥੋੜ੍ਹਾ ਜਿਹਾ ਹਰੇਕ ਚੀਜ਼ ਪੇਕੇ ਖਲਾਉਣ ਇਹ ਸ਼ੇਰਾ ਭਾਜੀ ਪੈਸੇ ਭੇਜ ਦਿੰਦੇ ਆ ਤੇ ਨਾ ਉਹਨਾਂ ਦਾ ਕਰ ਦਿੰਦੇ ਆ ਚੱਲ ਸਾਨੂੰ ਕਿ ਜੋ ਮਰਜ਼ੀ ਕਰੀ ਜਾਵੇ ਨਾਲੇ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਦੋਵੇਂ ਜਾਣੀਆਂ ਰਲ ਕੇ ਕੰਮ ਕਰਿਆ ਕਰੋ ਅਤੇ ਆਪਣੀ ਸੱਸ ਨੂੰ ਜਵਾਕ ਫੜਾਇਆ ਕਰੋ ਅਤੇ ਉਹਨੂੰ ਵੀ ਆਵਾਜ਼ ਮਾਰ ਉਹਨੂੰ ਸਮਝਾ ਕੇ ਵਿਹਨੀ ਆ ਜੇ ਆਖੇ ਲੱਗੇ ਤੇ ਉਹ ਉੱਧਰ ਮੁੰਡਾ ਫੜ ਕੇ ਬੈਠੀ ਆ ਅਤੇ ਤੂੰ ਇੱਧਰ ਹੁੰਦੀ ਆ ਅਤੇ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਇਹ ਜ਼ਿਆਦਾ ਚਲਾਕ ਵਾ ਇਹਨਾਂ ਦੇ ਨਾਲ ਮੇਰੀ ਮਨ ਨਹੀਂ ਆਉਣੀ ਹੈਗੀ ਵੀ ਚੱਲ ਮਾਰ ਲਾ ਆਵਾਜ਼ ਕਰਕੇ ਗੱਲ ਵੇਖਦੇ ਹਾਂ ਜੇ ਸਮਝੋਗੀ ਤਾਂ ਠੀਕ ਆ ਨਹੀਂ ਤਾਂ ਫਿਰ ਵੇਖੀ ਜਾਓ ਤੁਹਾਡਾ ਚਲੋ ਮੈਂ ਸ਼ੱਕ ਕੱਢ ਦਿੰਦੀ ਤੁਹਾਡਾ ਪਰ ਮੰਮੀ ਨੂੰ ਕਿਹੜਾ ਸਾਹਮਣੇ ਹੁੰਦੇ ਆ ਤੁਹਾਡੇ ਸਾਹਮਣੇ ਦੁੱਧ ਡੋਲ ਕੇ ਸਾਰੇ ਕੱਪੜੇ ਖਰਾਬ ਕਰਕੇ ਰੱਖਤੇ ਚੱਲ ਕੋਈ ਨੀ ਹੋ ਜਾਂਦਾ ਕਿਸੇ ਵੇਲੇ ਵਾਧਾ ਘਾਟਾ ਆਪ ਕੋ ਨੀ ਹੋ ਜਾਂਦਾ ਨਾਲੇ ਵੇਖ ਵੱਡੀ ਆ ਤੁਹਾਡੀ ਦੋਵਾਂ ਦੇ ਵਿੱਚ ਉਹ ਸਿਆਣੀ ਆ ਤੁਹਾਡੀ ਸੱਸ ਆ ਤੁਸੀਂ ਏਦਾਂ ਨਾ ਉਹਨੂੰ ਬੋਲਿਆ ਕਰੋ ਚੰਗੇ ਨੀ ਲੱਗੀਦਾ ਨੌਵਾਂ ਧੀਆਂ ਜੇ ਏਦਾਂ ਆਪਾਂ ਵੱਡਿਆਂ ਨੂੰ ਬੋਲਾਂਗੇ ਤੇ ਆਪਣੀ ਵੀ ਫਿਰ ਬੇਇੱਜ਼ਤੀ ਹੁੰਦੀ ਹੈ ਇਹਦੇ ਵਿੱਚ ਕਹਿਣਾ ਵੇ ਇਹਨੂੰ ਭਲਾ ਸਿੱਖਿਆ ਨਹੀਂ ਦਿੱਤੀ ਇਹਦੀ ਮਾਂ ਨੇ ਕਿੱਦਾਂ ਗਾਲੀ ਬੋਲਦੀ ਆ ਜੇ ਕਿਤੇ ਗਲਤੀ ਹੋ ਵੀ ਜਾਏ ਤੇ ਬੰਦਾ ਰਲ ਮਿਲ ਕੇ ਇਹਦੇ ਸੰਭਾਲ ਲੈਂਦਾ ਆ ਦੋਵੇਂ ਜਾਣੇ ਠੀਕ ਆ ਤੇ ਏਦਾਂ ਨਾ ਕਰਿਆ ਕਰੋ ਆਪਣਾ ਦੋਵੇਂ ਭੈਣਾਂ ਰਲ ਕੇ ਤੇ ਵਧੀਆ ਕੰਮ ਕਰਿਆ ਕਰੋ ਨਾਲੇ ਆਪਣੀ ਮੰਮੀ ਨਾਲ ਵੀ ਪਿਆਰ ਨਾਲ ਰਿਹਾ ਕਰੋ ਜੇ ਤੁਸੀਂ ਏਦਾਂ ਇੱਕ ਦੂਜੀ ਦੇ ਨਾਲ ਤਿੰਨੇ ਤੁਸੀਂ ਹੈਗੀਆਂ ਘਰ ਦੇ ਵਿੱਚ ਤੇ ਜੇ ਤਿੰਨੇ ਤੁਸੀਂ ਇੱਕ ਦੂਜੀ ਨਾਲ ਏਦਾਂ ਵਾਧੇ ਘਾਟੇ ਕਰਦੇ ਰਹੋਗੇ ਤੇ ਚੰਗੇ ਥੋੜ੍ਹੀ ਲੱਗੀਦਾ ਆ ਨਿੱਕੀ ਨਿੱਕੀਆਂ ਗੱਲਾਂ ਨੂੰ ਲੈ ਕੇ ਪਰ ਭਾਬੀ ਜੀ ਇੱਕ ਗੱਲ ਹੋਰ ਵੀ ਹੈ ਨਾ ਕਈ ਵਾਰੀ ਤੇ ਮੰਮੀ ਬੜਾ ਕੰਮ ਕਰਾਉਣਗੇ ਨਾਲ ਤੇ ਕਈ ਵਾਰੀ ਤੇ ਮੰਮੀ ਤੁਹਾਨੂੰ ਸਾਰਾ ਕੁਝ ਛੁੱਟ ਕੇ ਨਾ ਤੇ ਬਹਿ ਲੈਣਗੇ ਕਿ ਮੇਰੇ ਗੋਡੇ ਦੁਖਦੇ ਆ ਮੈਂ ਨਹੀਂ ਕੁਛ ਵੀ ਕਰਨਾ ਮੈਂ ਨਹੀਂ ਨਿਆਣੇ ਚੁੱਕਣੇ ਮੈਂ ਨਹੀਂ ਲਾਗੋ ਰੋਟੀ ਫੜ ਕੇ ਵੀ ਨਹੀਂ ਖਾਣੀ ਹੈਗੀ ਭਾਬੀ ਜੀ ਫਿਰ ਦੱਸੋ ਬੰਦਾ ਕੀ ਕਰੇਗਾ ਜੀ ਉਹ ਬੰਦੇ ਨੇ ਕੀ ਕਰਨਾ ਕੁਛ ਵੀ ਨਹੀਂ ਤੁਸੀਂ ਤਿੰਨੇ ਜਾਣੀਆਂ ਰਲ ਮਿਲ ਕੇ ਰਹੋ ਨਾ ਚੱਲ ਜੇ ਕਿਤੇ ਉਹ ਵਿਚਾਰੀ ਥੱਕ ਥੁੱਕ ਵੀ ਜਾਂਦੀ ਆ ਜੇ ਨਹੀਂ ਉਹਦਾ ਕਿਤੇ ਜੀ ਕਰਦਾ ਕੰਮ ਕਰਨ ਨੂੰ ਤੁਸੀਂ ਦੋ ਤੇ ਹੈਗੀਆਂ ਜੇ ਨਾ ਜੇ ਤੁਸੀਂ ਆਪਸ ਵਿੱਚ ਬਣਾ ਕੇ ਰੱਖੋ ਤੇ ਕੋਈ ਲੋੜ ਹੀ ਨਹੀਂ ਪੈਂਦੀ ਹੈ ਕੀ ਆ ਗਾੜੀ ਤੁਹਾਡਾ ਕਿੰਨਾ ਕੁ ਕੰਮ ਆ ਕਿਤੇ ਜੇ ਤੋਂ ਤੁਸੀਂ ਤਿੰਨੇ ਜਾਣੀਆਂ ਅੱਡੋ ਪਾਟੀ ਲੜਦੀਆਂ ਰਹਿੰਦੀਆਂ ਇੱਕ ਰੋਟੀ ਬਣਾਉਣ ਤੋਂ ਜਾਂ ਸਫਾਈਆਂ ਕਰਨ ਤੋਂ ਆ ਮਿੰਟੋ ਮਿੰਟੀ ਦਾ ਕੰਮ ਹੋਏ ਤੇ ਜਾਣੀ ਨੇ ਝਾੜੂ ਫੜਿਆ ਹੋਵੇ ਦੂਜੀ ਜਾਣੀ ਰਸੋਈ 'ਚ ਵੜੀ ਹੋਵੇ ਤੇ ਮਿੰਟੋ ਮਿੰਟੀ ਕੰਮ ਕਰਕੇ ਉਹ ਮਾਜਣਾ ਨਾਲੇ ਸਾਡੇ ਵੱਲ ਵੇਖੋ ਮੈਂ ਤੇ ਮੇਰੀ ਸੱਸ ਅਸੀਂ ਦੋਵੇਂ ਜਾਣੀਆਂ ਹੀ ਆ ਤੇ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਇਹ ਨੌਂ ਸੱਸ ਆ ਕਿ ਮਾਂ ਧੀ ਆ ਰਲ ਮਿਲ ਕੇ ਅਸੀਂ ਇੱਦਾਂ ਕੰਮ ਕਰਦੀ ਨਾਲੇ ਸਾਡੇ ਤੇ ਕੰਮ ਵੀ ਕਿੰਨਾ ਸਾਡੇ ਡੰਗਰਾਂ ਦਾ ਪਤਾ ਕਿੰਨਾ ਕੰਮ ਆ ਧਾਰਾਂ ਦਾ ਹੀ ਨਹੀਂ ਮਾਣ ਉੱਤੋਂ ਸਾਡੇ ਮਿਸਤਰੀ ਵੀ ਲੱਗੇ ਆ ਪਰ ਫੇਰ ਵੀ ਅਸੀਂ ਹੱਸ ਕੇ ਕੰਮ ਕਰਨਾ ਦੋਵਾਂ ਜਾਣੀਆਂ ਨੇ ਜਿਹੜਾ ਜਿੰਨੇ ਫੜਿਆ ਉਹਨੇ ਕਰਕੇ ਹਟਣਾ ਕੰਮ ਇਹ ਨਹੀਂ ਵੇਖਣਾ ਕਿ ਉਹ ਕੰਮ ਉਹੀ ਉਹ ਕਰੇ ਹਾਂਜੀ ਭਾਬੀ ਜੀ ਗੱਲ ਤਾਂ ਤੁਹਾਡੀ ਸਹੀ ਆ ਜੇ ਅਸੀਂ ਰਲ ਮਿਲ ਕੇ ਰਹੀਏ ਤੇ ਕਿੰਨਾ ਵਧੀਆ ਲੱਗੇ ਤੇ ਹੋਰ ਕੀ ਰਲ ਮਿਲ ਕੇ ਰਹੂੰਗੀ ਆ ਤੇ ਉਹ ਘਰ ਦੇ ਵਿੱਚ ਬਰਕਤ ਵੀ ਹੁੰਦੀ ਆ ਤੇ ਜਿੱਥੇ ਆਉਂਦੇ ਹੁੰਦੇ ਕਲਾ ਕਲੰਦਰ ਰਸਤੇ ਤੇ ਘੜਿਓ ਪਾਣੀ ਨਸੇ ਕਲੇ ਨਹੀਂ ਚੰਗੀ ਹੁੰਦੀ ਹਰ ਵੇਲੇ ਨਿੱਕੀ ਨਿੱਕੀ ਕਲੇ ਨਾ ਪਾ ਕੇ ਰੱਖਿਆ ਕਰੋ ਉਹ ਵੀ ਨਿੱਕੇ ਨਿੱਕੇ ਨਿਆਣੇ ਆ ਤੁਹਾਡੇ ਜਿੱਦਾਂ ਦੀਆਂ ਤੁਸੀਂ ਰਹੋਗੀਆਂ ਨਾ ਫਿਰ ਗਾਂ ਉਹਨਾਂ ਦੇ ਵੀ ਉੱਦਾਂ ਦੇ ਹੋ ਜਾਣਾ ਆ ਚਿੜਚਿੜੇ ਜੇ ਇਹ ਸੁਣ ਲਓ ਮੇਰੀ ਗੱਲ ਜੇ ਹੱਸਦੀਆਂ ਰਹੋਗੀਆਂ ਨਿਆਣੇ ਵੀ ਹੱਸਦੇ ਰਹਿਣਗੇ ਤੇ ਵਧੀਆ ਤੁਹਾਡੇ ਪੜ੍ਹਨਗੇ ਤੇ ਜੇ ਤੁਸੀਂ ਖਿੱਚ ਖਿੱਚ ਕਰਦੀਆਂ ਰਹਿਣਾ ਲੜਦੀਆਂ ਰਹਿਣਾ ਸੜਦੀਆਂ ਰਹਿਣਾ ਤੇ ਨਿਆਣੇ ਨੇ ਵੀ ਉਹ ਚੱਕਰ 'ਚ ਰੋਂਦੇ ਰਿਹਾ ਕਰਨਾ ਉਹਨਾਂ ਨੇ ਵੀ ਖਿੱਚਦੇ ਰਿਹਾ ਕਰਨਾ ਆ ਤੇ ਹੋਰ ਨਹੀਂ ਕਹੋ ਤੇ ਆਪਣੇ ਜਵਾਕਾਂ ਲਈ ਵੇਖੋ ਤੇ ਆਪਣਾ ਰਲ ਮਿਲ ਕੇ ਤੇ ਹੱਸ ਹੱਸ ਕੇ ਕੰਮ ਕਰਿਆ ਕਰੋ ਠੀਕ ਆ ਹਾਏ ਸਾਡੇ ਜਵਾਕ ਇੱਦਾਂ ਨਹੀਂ ਹੋ ਜਾਣਗੇ ਹਾਂਜੀ ਨਹੀਂ ਅਸੀਂ ਨਹੀਂ ਹੁਣ ਅੱਜ ਤੋਂ ਬਾਅਦ ਲੜਿਆ ਕਰਨਾ ਆਪਾਂ ਹੱਸ ਹੱਸ ਕੰਮ ਕਰਿਆ ਕਰਨਾ ਵਾ ਆਹੋ ਫਿਰ ਸਾਡੇ ਨਿਆਣੇ ਵੀ ਹੱਸ ਹੱਸ ਕੇ ਰਹਿਣਗੇ ਹਨਾ ਆਹੋ ਮੈਂ ਤਾਂ ਤੁਹਾਨੂੰ ਤਾਂ ਸਮਝਾਉਣ ਰਹੀ ਕਿ ਮੈਂ ਅੱਜ ਚੱਲ ਜਾਣਾ ਵਾ ਤੇ ਤਿੰਨੇ ਜਾਣੀਆਂ ਮੈਨੂੰ ਤੇ ਅੱਡੋ ਪਾਡੀ ਦੀ ਚੰਗੀਆਂ ਨਹੀਂ ਲੱਗਦੀਆਂ ਤੇ ਮੈਂ ਚੱਲ ਜਾਣ ਤੋਂ ਪਹਿਲਾਂ ਇੱਕ ਵਾਰੀ ਗੱਲ ਕਰ ਹੀ ਲੈਣੀ ਆ ਉਹ ਭਾਬੀ ਜੀ ਮਸੀ ਮਸਾ ਤੇ ਤੁਸੀਂ ਆਏ ਜੇ ਹੁਣ ਰਹਿ ਲਓ ਦੋ ਦਿਨ ਉਹ ਨਹੀਂ ਨਹੀਂ ਪ੍ਰੀਤ ਤੈਨੂੰ ਵੀ ਤੇ ਪਤਾ ਹੀ ਆ ਕੰਮ ਕਿੰਨਾ ਹੁੰਦਾ ਘਰ ਫਿਰ ਰਲ ਕੇ ਮਹਾ ਹੀ ਕੰਮ ਪੂਰਾ ਹੁੰਦਾ ਵਾ ਦੋਵਾਂ ਜਾਣੀਆਂ ਕੋਲ ਕੋਈ ਨੀ ਭਾਬੀ ਜੀ ਮੈਂ ਮੰਮੀ ਨਾਲ ਗੱਲ ਕਰ ਲੈਂਦੀ ਹਾਂ ਅੱਜ ਠੀਕ ਆ ਮੰਮੀ ਨੇ ਕਿਹੜਾ ਮਨਾ ਕਰਨਾ ਆ ਮੰਮੀ ਨੇ ਤੇ ਕਦੀ ਵੀ ਨਹੀਂ ਕਹਿਣਾ ਵੀ ਮੇਰੇ ਤੋਂ ਕੰਮ ਨਹੀਂ ਹੁੰਦਾ ਤੂੰ ਆ ਜਾ ਪਰ ਤੈਨੂੰ ਤੇ ਪਤਾ ਹੀ ਆ ਜੇ ਮੈਂ ਇੱਥੇ ਰਹਿ ਲੈਣਾ ਤੇ ਮੰਮੀ ਨੂੰ ਕੰਮ ਬੜਾ ਪੈਣਾ ਕੱਲੀ ਨੂੰ ਫਿਰ ਸਾਰਾ ਲੋਡ ਉਹਦੇ ਉੱਤੇ ਪੈ ਜਾਂਦਾ ਆ ਕੰਮ ਦਾ ਡੰਗਰਾਂ ਦਾ ਵੀ
चौंके का भी सारा में वेखना पैदा एक जाने नू। चलो कोई गल नहीं, एक दिन का की फर्क पैना वा, किन्नी रौनक दी लगी है हां। हां हो जाए तो तुसी आ, कोई नहीं एक दिन रह लो, कुछ नहीं हुंदा। साहिब साहिब मेरा पुत खेडन दे आया, मेरा पुत बड़ा बीबा आया है, मेरा पुत खेडियां खेडियां करदा मेरे नाल है। साहब मेरा पुत तो बीबा ही बड़ा साहब जीत है। ला चुप कर जा, रोना नहीं रोना नहीं, चुप चुप चुप, रोना नहीं रोना नहीं रोना नहीं, बड़ा बीबा पुत। नी प्रीति, नी प्रीति, नी आ मुंडा रोन डया पिया ही, मम्मी वाजा मारन डे है, लगदा मुंडा रोन डया। मैं ता करदी उन्हें चुक दी ते दूध पिला दी आ। नी रुक जा, हुणे मैं तेरे नाल की सिर खपा के हटी आ, ताडी फिर सुई उत्थे दी उत्थे ही आ। मैं तेनू की कहा सी कि जवाक अपनी सस को ही रहन दो, तू क्यों जाके फड़ना वा, तू दुध बना के लेके जा ते अपनी मम्मी नू कह के प्या ले। ठीक है कोई नहीं, मैं इदे गल नहीं गुस्से नहीं कर धोन दे रहे, ते तुहानू दयाल तां ओही पईआं, मैं जाके दवां दा फड़ ला मुंडा, ओहनू कहो मम्मी मैं दुध बना के लियाउनी आ। ठीक, चुप कराओ ओहनू, माड़े जिहे न्याणे रोंदे आ, झट ही जाके तुसीं जवाक फड़ लैंदीआं अपनी सस कोलों। जे तुसीं इदां करोगी आ ते ओहदा किद्दां मोह पऊगा अपने पोते पोतियां नाल। चुप कर, मेरा पुत रोईदा नहीं है, मेरा पोत ही बड़ा बीबा साहब जीत, बीबा ही बड़ा आया ते हैं, रोना नहीं चंगा। हां देखा बीबा आया, आ लो इन्हू दुध पिला दे, चुप कर जाना। चल आ पुत दुध पियाईए, हैं आप मेरे पुत नू दुध पियाउने आ, हैं बड़ा बीबा पोती को साहब जी ते बीबा ही बड़ा दे। मैं क्या अज ते कमाली हो गई, की होया मम्मी ते साहिब नू ना चुक के ना अपने नाल ला के ते बड़ा लाड लडाउन डे सी, ते होर की तुसीं ते ओहनू चुकण ही नहीं दिंदी आ, जे ओह चुकूगी ते फिर ही ओहदा मोह पाऊगा, नाले वेखियो हले गां गां ओहदी जान च जान हो जाणे आ न्याणे, मूल नालों व्याज प्यारा हुंदा वा। ਕਿਹੜੇ ਦਾਦੀ ਪੋਤਾ ਕਰਨਾ, ਕਰਨਾ ਕੀ ਆ, ਦੁੱਧ ਇਹਨੂੰ ਪਿਆ ਕੇ ਤੇ ਸਵਾ ਕੇ ਤੇ ਮੈਂ ਕਿਹਾ ਚੱਲ ਇਹਨੂੰ ਘੂੜੇ ਚ ਲੰਮੇ ਪਾ ਦੇਣੀ ਆ ਤੇ ਘੂੜੇ ਦੇ ਜਾਣੀ ਆ। ਸੌਂ ਗਿਆ? ਹਾਂ ਸੌਂ ਗਿਆ। ਚੱਲ ਵਧੀਆ, ਤੇ ਕਰ ਰਹੇ ਦਾਈ ਦਾ ਪਤਾ? ਦਾਈ ਦਾ ਮੰਮੀ ਕਰਕੇ ਆਇਆ ਪਤਾ, ਪਰ ਉਹ ਕਹਿੰਦੀ ਮੈਂ ਅੱਗੇ ਨਾਲੋਂ ਪੈਸੇ ਥੋੜੇ ਜਿਹੇ ਵੱਧ ਲੈਣੇ ਆ। ਚੱਲ ਕੋਈ ਗੱਲ ਨਹੀਂ, ਵੱਧ ਲੈਣੇ ਆ ਤੇ ਉਹਨੂੰ ਕਹਿਣਾ ਵੀ ਆ ਜਾਇਆ ਕਰ, ਪੈਸੇ ਮੈਂ ਦੇ ਦੇਣੇ ਆ। ਚਲੋ ਕੋਈ ਨਹੀਂ, ਫਿਰ ਮੈਂ ਉਹਨੂੰ ਫੋਨ ਕਰ ਦਿੰਦਾ ਕਿ ਕੱਲ ਤੋਂ ਆ ਜਾ ਕਰ, ਹਨਾ। ਪੈਸਿਆਂ ਦਾ ਨਾ ਫਿਕਰ ਕਰੇ, ਤੇ ਉਹ ਕਿੱਥੇ ਬੈਠੇ ਭਾਬੀ ਹੁਣ? ਉਹ ਵੀ ਅੰਦਰ ਬੈਠੀਆਂ ਆ। ਚਲ ਮੈਂ ਬਹਿਲਾ ਤੇ ਨਾ ਲਾ ਦੇਣੀ। ਕੋਈ ਨਹੀਂ ਬਹਿਲਾ। ਲੈ ਅੱਜ ਤਾਂ ਸੁਪਨਾ ਸਾਡੇ ਕਮਰੇ ਚ ਬੜੀਆਂ ਰੌਣਕਾਂ ਲੱਗੀਆਂ। ਰੌਣਕਾਂ ਤੇ ਆਪੇ ਲੱਗਣੀਆਂ, ਇੱਕ ਤੇਰੀ ਘਰ ਵਾਲੀ ਬੈਠੀ ਆ, ਦੂਜੀ ਤੇਰੀ ਭਰਜਾਈ ਤੇ ਤੀਜੀ ਤੇਰੀ ਸਾਲੇ ਹਮਰ ਬੈਠੀ ਆ। ਚਲੋ ਉਹ ਚੰਗੀ ਗੱਲ ਆ, ਇਦਾਂ ਰੌਣਕਾਂ ਲੱਗੀਆਂ ਰਹਿਣ, ਹੋਰ ਕੀ ਚਾਹੀਦਾ। ਸਹੀ ਗੱਲ ਆ, ਭਾਬੀ ਤੇ ਚੱਲੇ ਸੀ, ਮੈਂ ਮਸਾਂ ਹੀ ਭਾਬੀ ਨੂੰ ਅੱਜ ਰੱਖਿਆ ਵਾ, ਤੇ ਤੁਸੀਂ ਇਦਾਂ ਕਰਿਓ ਸਵੇਰ ਭਾਬੀ ਨੂੰ ਨਾ ਬੱਸ ਅੱਡੇ ਚੜਾਇਓ। ਹੈ ਲੈ ਦੱਸ, ਬੱਸ ਅੱਡੇ ਕੋ ਚੜਾ ਕੇ ਆਉਣਾ ਭਾਬੀ ਨੂੰ, ਭਾਬੀ ਦੇ ਪਿੰਡ ਛੱਡ ਕੇ ਆਵਾਂਗੇ। ਇਹ ਤੇ ਸਭ ਹੀ ਵਧੀਆ ਵਾ, ਫੇਰੋ ਕਿੰਨਾ ਸੁੱਖ ਹੋ ਗਿਆ ਜਿੱਦਾਂ ਨੂੰ। ਹਾਂ ਉਹਦੇ ਹੋਰ ਗਈ ਨਨਾਣ ਸਭੋ, ਮੇਰੀ ਕਹਿਣ ਦੀ ਕਿ ਬੱਸੇ ਚੜਾਇਓ ਤੇ ਆਣਾ ਜੀਜਾ ਚੰਗਾ ਸਭੋ ਜਿਹੜਾ ਕਿੰਨਾ ਛੱਡ ਕੇ ਆਵਾਂਗੇ। ਇਹਨੂੰ ਤਾਂ ਤੁਹਾਡੀ ਫਿਕਰ ਹੀ ਨਹੀਂ ਹੈਗੀ। ਵਿੱਕੀ ਅੱਜ ਭਾਬੀ ਮੇਰੇ ਲਾਗੇ ਮੰਜੀ ਤੇ ਸੌਂ ਜਾਣਗੇ, ਤੁਸੀਂ ਬਾਹਰ ਬੈੱਡ ਤੇ ਸੌਂ ਜਿਓ। ਠੀਕ ਆ ਜੀ, ਬਾਹਰ ਡਾਲਾਂਗੇ। ਪਹਿਲਾਂ ਵਿੱਕੀ ਹੋਣੀ ਬੈੱਡ ਤੋਂ ਮੰਜੀ ਤੇ ਆਏ ਤੇ ਮੰਜੀ ਤੋਂ ਹੁਣ ਬਾਹਰ ਕੱਢਤਾ, ਕਿਤੇ ਹੌਲੀ ਹੌਲੀ ਸਾਨੂੰ ਵੇਲੀ ਨਾ ਛੱਡ ਆਇਓ। ਤੇ ਕੋਈ ਨਹੀਂ, ਜਿਵੇਂ ਵੇਲੀ ਚੱਲ ਵੀ ਜਾਵੇ, ਵੇਲੀ ਵੀ ਬੜੇ ਵਧੀਆ ਬਿਸਤਰੇ ਨੇ, ਠੀਕ ਆ ਨਾ? ਠੀਕ ਆ ਬਾਬਾ, ਕੋਈ ਗੱਲ ਨਹੀਂ, ਤੂੰ ਆਪਣੀ ਭਾਬੀ ਨੂੰ ਸਵਾਲ ਨਹੀਂ ਲਾਗੇ। ਠੀਕ ਆ, ਚਲੋ ਕਰੋ ਮੈਂ ਗੱਲਾਂ ਬਾਤਾਂ। ਹੈ ਚੰਗਾ ਉਹਦੇ ਮੰਨ ਗਏ। ਆਪੇ ਦੋਵੇਂ ਜਣੀਆਂ ਕੰਮ ਕਰਿਆ ਕਰਨਗੀਆਂ, ਤੁਸੀਂ ਜ਼ਿੰਮੇਵਾਰੀ ਚੁੱਕੋ ਬੱਚਿਆਂ ਦੀ, ਨਾਲੇ ਇਹਨਾਂ ਨਾਲ ਖੇਡੇ ਗੱਲਾਂ ਬਾਤਾਂ ਕੀਤੀਆਂ, ਨਾਲੇ ਤੁਹਾਡਾ ਵੀ ਟਾਈਮ ਪਾਸ ਹੋ ਜਾਇਆ ਕਰੂ। ਸੰਦੀਪ ਮੈਨੂੰ ਕਿਤੇ ਨਿਆਣੇ ਸਾਂਭਣੇ ਕਿਤੇ ਭਾਰੀ ਥੋੜੀ ਆ, ਮੈਂ ਤਾਂ ਕਿਤੇ ਵਾਧੂ ਇਹਨਾਂ ਨੂੰ ਸਾਂਭ ਲੈਂਦੀ, ਕਢਾ ਵੀ ਲੈਂਦੀ ਆ, ਇੰਨਾ ਤਪਾਕ ਨਾਲ ਕਰਨ ਇਹ ਕੰਮ, ਤੇ ਹੋਰ ਕਿ ਮੈਨੂੰ ਚਾਹੀਦਾ ਆ। ਹਾਂਜੀ ਹਾਂਜੀ, ਨਾਲੇ ਓਦਾਂ ਵੇਖਣ ਵਾਲੇ ਨੂੰ ਧੀ ਪੁੱਤ ਸੋਹਣਾ ਲੱਗਦਾ ਆ, ਦਾਦੀਆਂ ਕਢਾਉਣ ਤੇ ਚੰਗੇ ਲੱਗਦੇ ਆ। ਨਹੀਂ ਚੱਲ ਆ, ਤੇ ਤੂੰ ਬੜਾ ਹੀ ਸੋਹਣਾ ਕੀਤਾ ਈ, ਜਿਹੜਾ ਇਹਨਾਂ ਨੂੰ ਨਾ ਸਮਝਾਤਾ ਆ, ਤੇਰਾ ਕਹਿਣਾ ਉਹਨਾਂ ਮੰਨ ਵੀ ਲਿਆ ਆ। ਨਹੀਂ ਪੈ ਗਈ ਉਹਨਾਂ ਨੂੰ ਸਮਝ। ਚਲੋ ਵਧੀਆ ਗੱਲ ਆ, ਮੈਂ ਤਾਂ ਵਾਧੂ ਆਪਣੇ ਨਿਆਣੇ ਸਾਂਭ ਲੈਣੇ ਆ।
ਸਾਰੀਆਂ ਜਾਣੀਆਂ ਖੁਸ਼ ਰਿਹਾ ਕਰੋ। ਹੋਰ ਮਹਾਰਾਜ ਨੇ ਨਾਲੇ ਰੌਣਕ ਲਾਈ ਹੈ ਘਰ ਦੇ ਵਿੱਚ। ਬਹਿ ਜਾ ਪੁੱਤ, ਜਾਣ ਪਾਣੀ ਲੈ ਗਿਆ ਮੁੰਡੇ ਵਾਸਤੇ। ਕੀ ਮਾਹੌਲ ਚਾਲੀ ਫਿਰ ਬਾਹਰ ਦਾ? ਬਾਹਰ ਦਾ ਮਾਹੌਲ ਚਾਲ ਵਧੀਆ ਸੀ, ਠੀਕ ਠਾਕ। ਚਲੋ ਮੇਰਾ ਤਾਂ ਮਿਲਣ ਦਿਲ ਕਰਦਾ, ਮੈਂ ਤਾਂ ਆਇਆ, ਉਹਦਾ ਮੈਂ ਜੇ ਆਉਣਾ ਨਹੀਂ ਸੀ। ਚੱਲ ਚੰਗਾ ਕੀਤਾ ਹੀ ਹੋਗਾ, ਸਗੋਂ ਮਿਲ ਲੇਗਾ ਸਾਰਿਆਂ ਨੂੰ, ਹੈ ਨਾ ਵੀ? ਆਹੋ ਤੇ ਹੋਰ ਕੀ, ਨਾਲ ਸਾਹਿਬ ਜੀ ਨੂੰ ਵੇਖ ਲੇਗਾ। ਆਹੋ ਹੱਸਦਾ ਜੀ ਹੈ ਪਤੇ ਨੀ। ਕੁੜੀਓ ਗੱਲਾਂ ਬਾਤਾਂ ਫੇਰ ਕਰ ਲਿਓ, ਜਾ ਕੇ ਹਲੇ ਖਾਣ ਪੀਣ ਨਹੀਂ ਲਿਆਓ। ਮੰਮੀ ਏਦਾਂ ਕਰੋ, ਬਾਕੀ ਸਭ ਕੁਛ ਠੀਕ ਆ, ਤੁਸੀਂ ਨਾ ਮੂਲੀਆਂ ਦੇ ਪਰੌਂਠੇ ਲਾਓ। ਮੂਲੀਆਂ ਵਾਲੇ ਪਰੌਂਠੇ ਖਾ ਲਈ, ਓਦਾਂ ਵੀ ਮੂਲੀਆਂ ਵਾਲੇ ਪਰੌਂਠੇ ਭਾਰੇ ਹੁੰਦੇ ਆ। ਜਾਓ ਭਾਬੀ ਜੀ, ਤੁਸੀਂ ਰੋਟੀ ਲਿਆਓ ਇਹਦੇ ਲਈ ਦਾਲ ਨਾਲ। ਉਹ ਮੇਰੀ ਗੱਲ ਸੁਣੋ ਯਾਰ, ਕਹਿਰ ਤਾਂ ਇੱਕ ਦਿਨ ਪੈਣਾ ਹੀ ਆ, ਅੱਜ ਨਾ ਹੋਊ ਤੇ ਕੱਲ ਨੂੰ ਪੈ ਜਾਊਗਾ। ਚੱਲ ਭਰਾਵਾ ਇੱਕ ਦਿਨ ਤਾਂ ਬਖਸ਼ ਲੇਗਾ, ਅੱਜ ਦਾ ਦਿਨ ਨਿਕਲੂ ਬਾਈ ਨਾ। ਮਰਜ਼ੀ ਤੁਹਾਡੀ, ਆਪਾਂ ਕਹਿਰ ਕੋ ਪੈਣ ਦੇਣਾ, ਤੇਰੀ ਮੰਜੀ ਡਾਵਾਂਗੇ ਬਾਹਰ, ਕਾਕੇ ਲਾ ਕੇ ਜ਼ਰੂਰ ਡਾਉਣੀ ਆ। ਕਾਕੇ ਕੋਲ ਬੋਲ ਕੇ ਦੱਸਿਆ ਵੀ ਨੀ ਜਾਣਾ। ਆਹੋ ਹਨਾ ਕਾਕੇ। ਆਹੋ ਬੈਠੇ ਭੈਣ ਜੀ? ਹਾਂਜੀ ਬੈਠੇ, ਬਹਿ ਜਾਓ ਤੁਸੀਂ। ਆ ਗਏ ਸ਼ੇਰ? ਹਾਂਜੀ ਆ ਗਿਆ। ਮੈਂ ਨਗ ਦਿਨ ਵੇਖਿਆ ਵੀ ਕੀ ਲੈ ਕੇ ਆਉਣ ਡਿਆ ਸ਼ੇਰੇ ਨੂੰ। ਹਾਂਜੀ ਅੱਜ ਹੀ ਆਇਆ। ਭੈਣ ਜੀ ਕਤਰ ਚ ਮਿਲਦਾ ਵਾ, ਕੀ ਇਹਦਾ ਨਾਂ ਲਈਦਾ ਜੀ, ਜੈਤੂਨ ਦਾ ਤੇਲ। ਅੱਛਾ, ਤੇ ਉਹ ਲਿਆਇਆ ਹੋਣਾ ਵਾ, ਤੇ ਥੋੜ੍ਹਾ ਜਿਹਾ ਮੈਨੂੰ ਸ਼ੀਸ਼ੀ 'ਚ ਪਾ ਕੇ ਦਿਓ, ਮੇਰੀ ਲੱਤਾਂ ਗੋਡੇ ਬੜੇ ਪੀੜ ਕਰਦੇ ਆ, ਅਤੇ ਚੱਲ ਮੈਂ ਵੀ ਕਿਤੇ ਮਾਸਾ ਮਾਲਿਸ਼ ਕਰ ਲਵਾਂਗੀ। ਭੈਣ ਜੀ ਅਜੇ ਤਾਂ ਕੁਛ ਨਹੀਂ ਇਹੀ ਵੇਖਿਆ ਵੀ ਉਹਨੇ ਕੀ ਲਿਆਂਦਾ ਤੇ ਕੀ ਨਹੀਂ ਲਿਆਂਦਾ, ਜੇ ਤੇ ਹੋਵੇਗਾ ਤੇਲ ਤੇ ਤੁਹਾਨੂੰ ਮੈਂ ਜ਼ਰੂਰ ਦੇਵਾਂਗੀ, ਪਰ ਤੁਹਾਡੀ ਨੂੰਹ ਤਾਂ ਕਹਿੰਦੀ ਮੇਰੀ ਸੱਸ ਘੋੜੇ ਵਾਂਗ ਦੌੜੀ ਫਿਰਦੀ ਆ, ਉਹਨੇ ਤਾਂ ਪਤਾ ਨਹੀਂ ਖਾਧਾ ਹੀ ਕੀ ਆ। ਹਾਏ ਇੱਦਾਂ ਕਹਿੰਦੀ ਸੀਗੀ? ਹਾਂ ਰੋਜ਼ ਮੈਂ ਰਾਤ ਨੂੰ ਖਾਧੀ ਰਹਿੰਦੀ, ਲੱਤਾਂ ਪੀੜਨਾ ਨਹੀਂ ਮੇਰੀਆਂ, ਲੱਤਾਂ ਘੁੜ ਦਿਓ ਕੋਈ ਜਾਣਾ ਨਹੀਂ, ਮੈਂ ਮਾਲਿਸ਼ ਕਰ ਦਿਓ ਕੋਈ ਜਾਣਾ, ਅਤੇ ਉਹ ਇੱਦਾਂ ਕਹਿੰਦੀ, ਇਹਨੂੰ ਮੈਂ ਪੁੱਛਣੀ ਆ ਨਾ ਜਾ ਕੇ। ਪੁੱਛ ਲਿਓ, ਮੈਨੂੰ ਤਾਂ ਉਹਨੇ ਇੱਦਾਂ ਕਿਹਾ ਆ। ਹੱਦ ਹੋ ਗਈ ਉਹਦੇ ਵਾਲੀ, ਮੈਂ ਉਹਨੂੰ ਪੁੱਛਣੀ ਆ ਨਾ ਜਾ ਕੇ, ਅਤੇ ਉੱਦਾਂ ਮੈਨੂੰ ਇੰਨਾ ਕੁ ਤੇਲ ਜ਼ਰੂਰ ਦਿਓ। ਹਾਂ ਭੈਣ ਜੀ ਜ਼ਰੂਰ ਦੇਵਾਂਗੇ, ਜੇ ਲਿਆਂਦਾ ਹੋਏਗਾ ਤੇ। ਚੋਰ ਨਾਲੋਂ ਪੰਡ ਕਾਲੀ, ਅਸੀਂ ਅਜੇ ਵੇਖਿਆ ਨਹੀਂ ਵੀ ਕੀ ਲਿਆਂਦਾ ਅਤੇ ਕੀ ਨਹੀਂ ਲਿਆਂਦਿਆ, ਤੇਲ ਨਾ ਤੈਨੂੰ ਪਹਿਲਾਂ ਦੇ ਲਾਂ, ਜੈਤੂਨ ਦਾ ਤੇਲ ਚਾਹੀਦਾ ਇਹਨੂੰ। ਆ ਜਾਂਦੀਆਂ ਨੂੰਹ ਸੱਸ ਮੂੰਹ ਚੁੱਕ ਕੇ, ਕਦੀ ਨੂੰਹ ਚੂਲੀਆਂ ਕਰਨ ਡੈ ਪੈਂਦੀ ਆ, ਕਦੀ ਸੱਸ ਚੂਲੀਆਂ ਕਰਨ ਡੈ ਪੈਂਦੀ ਆ, ਨਾਲ ਤੈਨੂੰ ਬਦਾਮ ਕਾਜੂ ਵੀ ਦੇਵਾਂਗੀ। ਅੱਛਾ ਰਾਜਿੰਦਰ ਮੇਰੀ ਗੱਲ ਸੁਣ, ਆਹ ਬੈੱਡ ਲਿਆਂਦਾ ਸੀ? ਹਾਂਜੀ ਇਹ ਵਾਲੇ ਲਿਆਂਦੇ ਆ। ਠੀਕ, ਬੈੱਡ ਤਾਂ ਸੋਹਣਾ ਆ ਨਾ? ਹਾਂਜੀ। ਤੇ ਹੋਰ ਤੂੰ ਠੀਕ ਠਾਕ ਆ? ਮੈਂ ਵਧੀਆ ਠੀਕ ਠਾਕ ਆ। ਠੀਕ ਆ ਠੀਕ ਆ, ਤੇ ਨਾਲੇ ਮੇਰੀ ਗੱਲ ਸੁਣ, ਮੈਨੂੰ ਛੁੱਟੀ ਮਿਲੀ ਆ ਮਹੀਨੇ ਦੀ, ਤੇ ਹੁਣ ਇੱਦਾਂ ਕਰ ਵੀ ਕਿਹੜੇ ਕਿਹੜੇ ਰਿਸ਼ਤੇਦਾਰ ਕੋਲ ਜਾਣਾ ਪਹਿਲਾਂ ਆਪਾਂ? ਤੁਸੀਂ ਰਿਸ਼ਤੇਦਾਰਾਂ ਕੋਲ ਦੀ ਆਪਾਂ ਬਾਅਦ 'ਚ ਵੇਖਾਂਗੇ, ਪਹਿਲਾਂ ਤੁਸੀਂ ਮੈਨੂੰ ਮੂਵੀ ਦਿਖਾ ਕੇ ਲਿਆਓ, ਜਦੋਂ ਤੁਸੀਂ ਬਾਹਰ ਗਏ ਮੈਂ ਕੋਈ ਮੂਵੀ ਨਹੀਂ ਵੇਖੀ ਹੈਗੀ। ਰਿਸ਼ਤੇਦਾਰਾਂ ਦੇ ਆਪਾਂ ਬਾਅਦ 'ਚ ਜਾਵਾਂਗੇ, ਜੇ ਆਪਾਂ ਪਹਿਲਾਂ ਰਿਸ਼ਤੇਦਾਰਾਂ ਦੇ ਘੁੰਮਣ ਲੱਗ ਗਏ ਨਾ, ਤੁਸੀਂ ਪੈਸੇ ਖਤਮ ਕਰ ਲੈਣੇ ਆ, ਤਾਂ ਤੁਸੀਂ ਮੈਨੂੰ ਮੂਵੀ ਨਹੀਂ ਵਿਖਾ ਕੇ ਲਿਆਉਣੀ, ਤੁਸੀਂ ਕਹਿਣਾ ਪੈਸੇ ਮੁੱਕ ਗਏ ਆ, ਪਹਿਲਾਂ ਮੈਂ ਮੂਵੀ ਵੇਖਣ ਜਾਣਾ ਆ। ਠੀਕ ਆ ਬਾਬਾ, ਮੂਵੀ ਵੇਖਵਾਂਗੇ, ਹੁਣ ਤਾਂ ਖੁਸ਼ ਹਾਂ। ਹਾਂਜੀ ਠੀਕ ਆ। ਰਾਜਿੰਦਰ ਮੈਨੂੰ ਸੱਚ ਗੱਲ ਯਾਦ ਆਈ, ਇੱਕ ਫਤਿਹ ਨੇ ਡਰਨਾ ਬੜਾ ਉੱਥੇ ਹਨੇਰਾ ਵੇਖੇ ਥੀਏਟਰ 'ਚ। ਨਹੀਂ ਨਹੀਂ ਆਪਾਂ ਫਤਿਹ ਨੂੰ ਥੋੜ੍ਹੀ ਨਾਲ ਲੈ ਕੇ ਜਾਣਾ, ਫਤਿਹ ਨੂੰ ਮੰਮੀ ਨੇ ਸਾਂਭ ਲੈਣਾ ਆ, ਨਾਲੇ ਮੰਮੀ ਬਹੁਤ ਟ੍ਰੇਨਡ ਹੋਏ ਆ, ਹੁਣ ਸਾਂਭ ਲੈਂਦੇ ਆ। ਅੱਛਾ ਹੋਰ ਕੀ,
ਕੀ ਸਲਾਵਾਂ ਕਰੀ ਜਾਂਦੇ ਦੋਵੇਂ ਜੀ? ਸਲਾਵਾਂ ਕੀ ਹੋਣੀਆਂ, ਇਹ ਮੈਨੂੰ ਕਹਿਣ ਦੇ ਤੈਨੂੰ ਮੂਵੀ ਵਿਖਾ ਕੇ ਲਿਆਉਣੀ ਕੱਲ ਨੂੰ, ਇਹੀ ਸਲਾਵਾਂ ਹੋਣਦੀਆਂ ਬਸ। ਲੈ ਇਹ ਤਾਂ ਬੜੀ ਵਧੀਆ ਗੱਲ ਆ, ਵੇਖ ਆਇਓ ਮੂਵੀ ਫਿਰ। ਤੇ ਫਿਰ ਫਤਿਹ? ਫਤਿਹ ਮੰਮੀ ਤੁਹਾਡੇ ਕੋਲ ਛੱਡ ਕੇ ਜਾਵਾਂਗੇ, ਇਹਨੇ ਉੱਥੇ ਹਨੇਰਾ ਵੇਖ ਕੇ ਡਰਨਾ ਆ। ਤੇ ਪ੍ਰੀਤ ਨੇ ਕੰਮ ਵੀ ਕਰਨਾ ਵਾ, ਤੇ ਫਿਰ ਮੈਂ ਕਿੱਦਾਂ ਸੰਭਾਲੂਗੀ ਫਤਿਹ ਨੂੰ, ਸਾਹਿਬਜੀਤ ਨੂੰ ਵੀ ਚੁੱਕਣਾ ਹੁੰਦਾ ਆ। ਉਹ ਕੋਈ ਨਹੀਂ ਮੰਮੀ, ਤੁਸੀਂ ਫਿਕਰ ਕਿਉਂ ਕਰਦੇ ਜੇ, ਸਾਹਿਬਜੀਤ ਨੂੰ ਮੈਂ ਸੰਭਾਲ ਲੂੰਗਾ, ਤੁਸੀਂ ਫਤਿਹ ਨੂੰ ਸੰਭਾਲ ਲਿਓ, ਪ੍ਰੀਤ ਆਪੇ ਕੰਮ ਕਰ ਲੂਗੀ, ਹੈ ਕਿ ਨਹੀਂ? ਚਲੋ ਫਿਰ ਇੱਦਾਂ ਵੀ ਵਧੀਆ ਆ। ਵੇਖਿਆ ਜੇ ਸਾਰੇ ਜਾਣੇ ਰਲ ਮਿਲ ਕੇ ਕੰਮ ਕਰੀਏ ਘਰ ਦੇ, ਤੇ ਇੱਦਾਂ ਸਾਰੀ ਸੈਟਲਮੈਂਟ ਹੋ ਜਾਂਦੀ ਆ। ਇਹ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ। ਸਹੀ ਗੱਲ ਆ, ਹੈ ਕਿ ਨਹੀਂ? ਰਲ ਕੇ ਰਹਿਣਾ ਚਾਹੀਦਾ। ਤੁਸੀਂ ਤਾਂ ਵੇਖਿਓ ਕੱਲ ਨੂੰ ਦੋਵੇਂ ਜਾਣੇ ਮੂਵੀ। ਚਲੋ ਕੋਈ ਗੱਲ ਨਹੀਂ, ਕੱਲ ਨੂੰ ਇਹ ਮੂਵੀ ਵੇਖਣਗੇ, ਪਰਸੋਂ ਮੂਵੀ ਆਪਾਂ ਵੇਖਾਂਗੇ, ਤੇ ਨਿਆਣੇ ਇਹ ਸਾਂਭਣਗੇ। ਬਸ ਠੀਕ ਆ, ਕੱਲ ਨੂੰ ਇਹਨਾਂ ਜਾਣਾ ਮੂਵੀ ਵੇਖਣ, ਪਰਸੋਂ ਆਪਾਂ, ਤੇ ਮਾਤਾ ਨੂੰ ਨਹੀਂ ਵਿਖਾ ਲੈਣੀ ਮੂਵੀ? ਮੈਂ ਚੱਲ ਕੋਈ ਨੀ, ਤੁਸੀਂ ਵੇਖੋ ਮੂਵੀ, ਮੇਰੀ ਘਰੇ ਹੀ ਮੂਵੀ ਆ, ਮੈਂ ਆਪਣੇ ਬੱਚੇ ਸਾਹਮਣੇ ਤੇ ਸਮਝੋ ਮੇਰੀ ਮੂਵੀ। ਮੰਮੀ ਆ ਗੱਲ ਬਹੁਤ ਵਧੀਆ ਕੀਤੀ ਆ। ਸਹੀ ਗੱਲ ਆ, ਮੰਮੀ ਦੇ ਘਰੇ ਹੀ ਮੂਵੀ ਆ। ਵਧੀਆ ਲੱਗੀ ਨਾ ਮੇਰੀ ਗੱਲ? ਹਾਂਜੀ ਹਾਂਜੀ।